ਝੂਠ ਬੋਲ ਰਿਹਾ ਮੈਂ, ਮੇਰੀ ਮੰਮੀ ਘਬਰਾ ਜਾਣੀ ਇੰਨੇ ਸਵਾਲ ਨਾ ਪੁੱਛੋ। ਅਸੀਂ ਜਿੱਥੇ ਰਹਿੰਦੇ ਹਾਂ ਉੱਥੇ ਜ਼ਿਆਦਾ ਲੋਕ ਘੁਲਦੇ ਮਿਲਦੇ ਨੀਗੇ, ਸੋ ਮਾਤਾ ਦੀ ਇੱਕ ਦੋ ਹੀ ਸਹੇਲੀਆਂ ਨੇ ਉਹਨਾਂ ਨੂੰ ਨਾਲ ਲੈ ਜਾਂਦੇ ਨੇ। ਉਹ ਮਾਤਾ ਜੀ ਬਹੁਤ ਬਜ਼ੁਰਗ ਸੀਗੇ, 65-70 ਸਾਲ ਦੀ ਉਹਨਾਂ ਦੀ ਏਜ ਹੋਣੀ ਆ, ਸੋ ਸਾਰੀ ਫੈਮਿਲੀ ਸੀਗੇ ਉੱਥੇ। ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਤੇਰੀ ਪਿਛਲੀ ਫਿਲਮ ਲਈ ਅਰਦਾਸ ਕੀਤੀ, ਮੈਂ ਸਪੈਸ਼ਲ ਆਪਣੇ ਮੁੰਡੇ ਨੂੰ ਲੈ ਕੇ ਆਈ ਹਾਂ ਕਿ ਚੱਲ ਅਰਦਾਸ ਕਰੀ। ਜਿੱਦਾਂ ਦੇ ਮੇਰੇ ਗਾਣੇ ਹੁੰਦੇ ਆ ਬਾਈ ਦੀਆਂ, ਉੱਦਾਂ ਦੀਆਂ ਫਿਲਮਾਂ ਹੁੰਦੀਆਂ, ਹੋ ਸਕਦਾ ਮੇਰੀਆਂ ਵੀ ਕਦੇ ਇੱਦਾਂ ਦੀਆਂ ਫਿਲਮਾਂ ਹੋਣ। 20 ਮਿੰਟ ਹੀ ਹੋਣੇ ਆ, 20 ਮਿੰਟ 'ਚ ਬਾਈ ਨੇ ਫਿਲਮ ਦੀ ਸਿਚੁਏਸ਼ਨ 'ਤੇ ਨਵਾਂ ਗਾਣਾ ਲਿਖ ਕੇ ਬਣਾ ਕੇ ਭੇਜਦਾ ਸੀ। ਨਹੀਂ ਮੈਂ ਆਪਦੇ ਆਪ ਨੂੰ ਮੈਂ ਇਹ ਨਹੀਂ ਕਹਿੰਦਾ ਮੈਂ ਬੜਾ ਮਹਾਨ ਹਾਂ, ਮੈਨੂੰ ਇੱਦਾਂ ਲੱਗਦਾ ਕਿ ਇਹ ਮੇਰੀ ਮੰਮੀ ਦੀਆਂ ਦੁਆਵਾਂ ਅਤੇ ਤੁਹਾਡੇ ਸਾਰਿਆਂ ਦਾ ਪਿਆਰ ਆ ਕਿ ਜਿਹੜੀ ਵੀ ਮਾਂ ਮੈਨੂੰ ਕਦੀ ਵੀ ਕਿਤੇ ਵੀ ਮਿਲਦੇ ਆ, ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰੀ ਜ਼ਿੰਦਗੀ 'ਚ ਵੀ ਮਿਲਿਆ, ਅਤੇ ਉਹਨਾਂ ਨੂੰ ਮੈਨੂੰ ਐਂ ਲੱਗਦਾ ਮਿਲ ਕੇ ਐਂ ਕਦੀ ਲੱਗਿਆ ਨਹੀਂ ਕਿ ਮੈਂ ਉਹਨਾਂ ਨੂੰ ਪਹਿਲੀ ਵਾਰੀ ਮਿਲਣਾ, ਸੋ ਇਹ ਸਾਰੀਆਂ ਬਲੈਸਿੰਗਸ ਨੇ। ਸੋ ਉਹ ਜਿਹੜੀ ਗੁਰਦੁਆਰੇ ਵਾਲਾ ਵੀਡੀਓ ਸੀਗਾ, ਉਹ ਜਿੱਦਣ ਮੇਰੇ ਨਾਲ ਹੋਇਆ ਸੀ ਮੈਨੂੰ ਬੜੀ ਖੁਸ਼ੀ ਮਿਲੀ। ਉਹ ਮੇਰੇ ਲਈ ਇੱਕ ਫਿਲਮ ਬਲੌਕਬਸਟਰ ਹੋਣ ਤੋਂ ਵੀ ਜ਼ਿਆਦਾ ਖੁਸ਼ੀ ਸੀਗੀ, ਕਿ ਉਹ ਮਾਤਾ ਜੀ ਬਹੁਤ ਬਜ਼ੁਰਗ ਸੀਗੇ, 65-70 ਸਾਲ ਦੀ ਉਹਨਾਂ ਦੀ ਏਜ ਹੋਣੀ ਆ, ਸੋ ਸਾਰੀ ਫੈਮਿਲੀ ਸੀਗੇ ਉੱਥੇ। ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਤੇਰੀ ਪਿਛਲੀ ਫਿਲਮ ਲਈ ਅਰਦਾਸ ਕੀਤੀ, ਮੈਂ ਸਪੈਸ਼ਲ ਆਪਣੇ ਮੁੰਡੇ ਨੂੰ ਲੈ ਕੇ ਆਈ ਹਾਂ ਕਿ ਚੱਲ ਅਰਦਾਸ ਕਰਕੇ ਆਈਏ ਉਹਦੀ ਫਿਲਮ ਦੀ, ਸੋ ਮੈਨੂੰ ਲੱਗਦਾ ਇਹ ਬਿਨਾਂ ਦੁਆਵਾਂ ਅਤੇ ਬਲੈਸਿੰਗਸ ਤੋਂ ਨਹੀਂ ਮਿਲ ਸਕਦੀ। ਸੋ ਮੈਂ ਆਪਦੇ ਆਪ ਨੂੰ ਕਿਸਮਤ ਵਾਲਾ ਸਮਝਦਾ ਯਾਰ ਇਸ ਕੇਸ 'ਚ। ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਇੱਕ ਪੋਤਾ, ਸੋ ਮੇਰਾ ਫਰਜ਼ ਬਣਦਾ ਕਿ ਮੈਂ ਫਿਲਮ ਕਰਾਂ ਅਤੇ ਮੇਰੀ ਮੰਮੀ ਵੀ ਦੇਖੇ ਅਤੇ ਉਹਨਾਂ ਨੂੰ ਵੀ ਵਧੀਆ ਲੱਗੇ, ਅਤੇ ਮੇਰੀ ਮੰਮੀ ਦੀਆਂ ਸਹੇਲੀਆਂ ਵੀ ਦੇਖਣ ਅਤੇ ਉਹਨਾਂ ਨੂੰ ਵਧੀਆ ਲੱਗੇ। ਕਿਉਂਕਿ ਇੱਥੇ ਤੁਹਾਨੂੰ ਪਤਾ ਹੋਣਾ ਸੀ ਜਿੱਥੇ ਰਹਿੰਦੇ ਹਾਂ ਉੱਥੇ ਜ਼ਿਆਦਾ ਲੋਕ ਘੁਲਦੇ ਮਿਲਦੇ ਨੀਗੇ, ਸੋ ਮਾਤਾ ਦੀ ਇੱਕ ਦੋ ਸਹੇਲੀਆਂ ਨੇ ਉਹਨਾਂ ਨੂੰ ਨਾਲ ਲੈ ਜਾਂਦੇ ਨੇ ਫਿਲਮ ਦੇਖਣ, ਸੋ ਮੈਂ ਉਹਨਾਂ ਦਾ ਧਿਆਨ ਰੱਖ ਕੇ ਇਸ ਫਿਲਮ ਦੇ ਵਿੱਚ ਸਾਰੀਆਂ ਚੀਜ਼ਾਂ ਕੀਤੀਆਂ, ਜਿਹਦੇ 'ਚ ਤੁਸੀਂ ਸਾਰੇ ਵੀ ਆਪਣੀਆਂ ਮਾਤਾਵਾਂ ਦਾ ਭੈਣਾਂ ਨਾਲ ਜਾਓਗੇ ਤੁਹਾਨੂੰ ਮਜ਼ਾ ਆਊਗਾ। ਨਹੀਂ ਐਂ ਤੁਸੀਂ ਕਿਹਾ ਕਦੀ ਮੰਮੀ ਨੇ, ਮੰਮੀ ਕਦੀ ਕਿਹਾ ਤਾਂ ਨਹੀਂ ਤੁਸੀਂ ਪਾਪ ਬਹੁਤ ਵਧੀਆ, ਕਦੀ ਨਹੀਂ ਕਿਹਾ। ਪੁੱਛਣਾ ਤੁਸੀਂ ਫਿਲਮ ਫਿਲਮ ਇਹਨਾਂ ਨੂੰ ਦਿਖਾਈ, ਫਿਲਮ ਨਹੀਂ ਦੇਖੀ ਤੁਸੀਂ ਹਲੇ, ਫਿਲਮ ਨਹੀਂ ਮੈਂ ਫਿਲਮ ਥੀਏਟਰ 'ਚ ਹੀ ਦਿਖਾਉਣਾ। ਮੈਨੂੰ ਇੱਦਾਂ ਲੱਗਦਾ ਯਾਰ ਕਿ ਉਹ ਅਸੀਂ ਬੜੀ ਮਿਹਨਤ ਸਾਰੀ ਟੀਮ ਨੇ ਕੀਤੀ ਆ, ਮੰਮੀ ਨੂੰ ਵੀ ਉੱਦਾਂ ਹੀ ਲੋਕਾਂ ਵਾਂਗੂ ਜਿੱਦਾਂ ਸਾਰੇ ਜਾਣੇ ਤੁਸੀਂ ਐਕਸਪੀਰੀਅੰਸ ਕਰੋ ਉੱਦਾਂ ਹੀ ਮੰਮੀ ਵੀ ਐਕਸਪੀਰੀਅੰਸ ਕਰੇ। ਬਾਕੀ ਮੰਮੀ ਨੂੰ ਪੁੱਛੋ ਕਿੱਦਾਂ ਲੱਗ ਰਿਹਾ, ਮੰਮੀ ਤੁਹਾਡਾ ਮੁੰਡਾ ਇੱਥੇ ਹੈ। ਬਿਲਕੁਲ ਝੂਠ ਬੋਲ ਰਿਹਾ ਮੈਂ ਤੁਹਾਨੂੰ ਦੱਸਣ ਲਈ, ਮੰਮੀ ਬਹੁਤ ਕੁੱਟਦੀ ਰਹੀ ਮੈਂ ਛੋਟੇ ਹੁੰਦੇ, ਹਾਂ ਹਾਂ ਐਤਵਾਰ ਨੂੰ ਜਦੋਂ ਸਿਰ ਧੋ ਲਈ ਜਾਏ ਇੱਧਰ ਦੇ ਉੱਧਰ, ਬਾਕੀ ਚਾਟੀ ਗੱਲਾਂ ਨਹੀਂ ਦੱਸਣੀਆਂ, ਪਰ ਸਾਰਿਆਂ ਨੂੰ ਕੁੱਟ ਪੈਂਦੀ ਹੈ ਯਾਰ, ਅਤੇ ਮੈਂ ਥੋੜ੍ਹਾ ਜ਼ਿਆਦਾ ਐਕਸਟਰਾ ਥੋੜ੍ਹਾ ਸ਼ਰਾਰਤੀ ਸੀ, ਅਤੇ ਟਿਊਸ਼ਨ ਦਾ ਬਹਾਨਾ ਲਾ ਕੇ ਚੱਲ ਜਾਣਾ ਕਿਤੇ ਹੋਰ, ਅਤੇ ਫਿਰ ਇੱਕ ਵਾਰੀ ਮੰਮੀ ਨੂੰ ਪਤਾ ਲੱਗ ਗਿਆ ਮੈਂ ਕਿੱਥੇ ਹਾਂ, ਅਤੇ ਮੰਮੀ ਟਿਊਸ਼ਨ 'ਤੇ ਪਤਾ ਕਰ ਲੱਗੀ ਕਿ ਇੱਥੇ ਤਾਂ ਮੇਰਾ ਮੁੰਡਾ ਆਇਆ ਨਹੀਂ, ਫਿਰ ਜਿੱਥੇ ਸੀਗਾ ਉੱਥੇ ਆ ਕੇ ਮਿਲ ਜਾਣਾ, ਮੈਂ ਤਾਂ ਜ਼ਰੂਰੀ ਹੈ ਮੈਨੂੰ ਲੱਗਦਾ। ਮੇਰੀ ਬਹੁਤ ਵਧੀਆ ਫੀਲਿੰਗ ਸੀ, ਮੈਨੂੰ ਬਹੁਤ ਖੁਸ਼ੀ ਹੋਈ ਕਿ ਬੱਚਾ ਮੇਰਾ ਇਸ ਮੁਕਾਮ 'ਤੇ ਪਹੁੰਚਿਆ ਹੋਇਆ, ਅਤੇ ਵਧੀਆ ਮਿਲਿਆ, ਅਵਾਰਡ ਮਿਲ ਗਿਆ। ਕਦੇ ਤੁਸੀਂ ਸੋਚਿਆ ਸੀ ਕਿ ਇੱਦਾਂ ਚਿਹਰਾ ਲੈ ਕੇ ਆਇਆ ਗਿਆ ਇੱਦਾਂ ਦਾ ਅਵਾਰਡ?
ਸੋਚਿਆ ਨਹੀਂ ਸੀ ਸ਼ੁਰੂ ਤੋਂ ਹੀ ਉਹਦੀ ਆਦਤ ਸੀਗੀ ਕਿ ਇਹੀ ਕੰਮ ਕਰਨਾ ਮੈਂ ਫਿਰ ਇਸ ਲਾਈਨ 'ਤੇ ਚੱਲ ਪਿਆ ਜਿੱਦੀ ਤਾਂ ਛੋਟੇ ਬੱਚੇ ਤਾਂ ਹੁੰਦੇ ਆ ਵੱਡਾ ਹੋਇਆ ਤਾਂ ਨਹੀਂ ਜਿੱਦੀ ਹੋਇਆ ਹਾਂਜੀ 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 ਦੇਖੋ ਯਾਰ ਮੇਰੀ ਮੇਰੀ ਮੰਮੀ ਘਬਰਾ ਜਾਣੀ ਹੈ ਇੰਨੇ ਸਵਾਲ ਨਾ ਪੁੱਛੋ ਮੈਂ ਹੁਣ ਬੈਠੀ ਬੈਠੀ ਪਾਰਟੀ ਕਰ ਰਹੀ ਸੀ ਮੈਨੂੰ ਮਤਲਬ ਜਿੱਦਾਂ ਹੁੰਦਾ ਨਾ ਕਿ ਜੋ ਤੁਸੀਂ ਸੋਚਿਆ ਉਹ ਚੀਜ਼ ਜਦੋਂ ਹੋ ਰਹੀ ਹੈ ਉਸ ਪ੍ਰੋਸੈਸ ਦੇ ਵਿੱਚ ਤੁਹਾਨੂੰ ਇਹ ਲੱਗਦਾ ਕਿ ਕੋਈ ਸੁਪਨਾ ਇਹਦਾ ਹੀ ਚੱਲ ਰਿਹਾ ਮੈਂ ਇਸ ਟਾਈਮ ਬਹੁਤ ਜ਼ਿਆਦਾ ਓਵਰਵੈਲਮ ਫੀਲ ਕਰ ਰਹੀ ਹਾਂ ਐਂਡ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਹੋ ਬੜਾ ਗਰਮੀ ਵੀ ਬਹੁਤ ਜ਼ਿਆਦਾ ਹੈ ਪਰ ਦਿਲੋਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਮਚ ਇਹ ਸਰਪ੍ਰਾਈਜ਼ ਹੈ ਇਹ ਹਾਂਜੀ ਇਹ ਸਰਪ੍ਰਾਈਜ਼ ਹੈ ਇਹ ਤੁਸੀਂ ਜਦੋਂ ਮੂਵੀ ਦੇਖੋਗੇ ਫਿਰ ਤੁਸੀਂ ਦੱਸੋਗੇ ਜੀ ਥੈਂਕ ਯੂ ਵਧੀਆ ਵਧੀਆ ਕੋਈ ਦੱਸੋ ਵਧੀਆ ਵੀਰੇ ਵਧੀਆ ਜਿੱਦਾਂ ਦੇ ਮੇਰੇ ਗਾਣੇ ਹੁੰਦੇ ਆ ਬਾਈ ਦੀਆਂ ਉੱਦਾਂ ਦੀਆਂ ਫਿਲਮਾਂ ਹੁੰਦੀਆਂ ਹੋ ਸਕਦਾ ਮੇਰੀਆਂ ਵੀ ਕਦੇ ਇੱਦਾਂ ਦੀਆਂ ਫਿਲਮਾਂ ਹੋਣ ਅਤੇ ਵਧੀਆ ਲੱਗਿਆ ਮੈਨੂੰ ਜਦੋਂ ਬਾਈ ਨੇ ਕਿਹਾ ਕਿ ਗਾਣਾ ਚਾਹੀਦਾ ਫਿਲਮ ਦੇ ਥੋੜ੍ਹਾ ਤੱਤਾ ਚਾਹੀਦਾ ਮੈਂ ਕਿਹਾ ਕੋਈ ਨਹੀਂ ਬਾਈ ਬਣਾ ਦਾ ਵਧੀਆ ਲੱਗਿਆ ਬਾਈ ਦਾ ਨੇਚਰ ਵੀ ਬੜਾ ਵਧੀਆ ਲੱਗਿਆ ਵੈਸੇ ਫਸਟ ਤਾਂ ਉਹੀ ਹੁੰਦਾ ਕਿ ਤੁਹਾਨੂੰ ਕਿੱਦਾਂ ਕੋਈ ਡੀਲ ਕਰਦਾ ਅਤੇ ਉੱਦਾਂ ਦੀ ਚੀਜ਼ ਬਣ ਜਾਂਦੀ ਮੈਂ ਦੱਸਦਾ ਮੈਂ ਨਾ ਮੈਨੂੰ ਬਾਈ ਦੀ ਗੱਲ ਸੁਣ ਕੇ ਗੱਲ ਯਾਦ ਹੈਗੀ ਜਦੋਂ ਮੈਂ ਹੁਣੇ ਇਹਦਾ ਜਵਾਬ ਦੂੰਗਾ ਠੀਕ ਆ ਜਦੋਂ ਮੈਂ ਬਾਈ ਨੂੰ ਫੋਨ ਕੀਤਾ ਨਾ ਫਿਲਮ ਦੇ ਗਾਣੇ ਲਈ ਅਤੇ ਮੈਂ ਕਿਹਾ ਬਾਈ ਮੈਨੂੰ ਗਾਣਾ ਚਾਹੀਦਾ ਮੈਂ ਕਦੀ ਨਹੀਂ ਮਿਲਿਆ ਇਹਨਾਂ ਨੂੰ ਪਹਿਲਾਂ ਕਦੀ ਸਾਡੀ ਗੱਲ ਨਹੀਂ ਹੋਈ ਮੈਂ ਨੰਬਰ ਲੈ ਕੇ ਵੀਰੇ ਸਿੱਧਾ ਫੋਨ ਕਰਿਆ ਮੈਂ ਕਿਹਾ ਵੀਰੇ ਇੱਦਾਂ ਗਾਣਾ ਚਾਹੀਦਾ ਤੁਸੀਂ ਯਕੀਨ ਮੰਨਿਓ ਕਿ 20 ਮਿੰਟ ਹੀ ਹੋਣੇ ਆ 20 ਮਿੰਟ 'ਚ ਬਾਈ ਨੇ ਫਿਲਮ ਦੀ ਸਿਚੁਏਸ਼ਨ 'ਤੇ ਨਵਾਂ ਗਾਣਾ ਲਿਖ ਕੇ ਬਣਾ ਕੇ ਭੇਜਤਾ ਜੀ ਸਾਨੂੰ ਫਿਲਮ ਗਾਣੇ ਦੀ ਪਹਿਲੀ ਲਾਈਨ ਦੇ ਵਿੱਚ ਹੀ ਆ ਕਿ ਮਾਂ ਨੇ ਪੁੱਤ ਦਾ ਮਾਂ ਨੇ ਨਾਂ ਦਾ ਕੋਈ ਹੋਰ ਰੱਖਿਆ ਸੀ ਪਰ ਦੁਨੀਆ ਕਹੇ ਦਲੇਰ ਕੁੜੇ ਸੋ ਦਲੇਰ ਕਰੈਕਟਰ ਦਾ ਨਾਮ ਆ ਸੋ ਬਾਈ ਨੇ ਸਾਰਾ ਫਿਲਮ ਦੇ ਉੱਤੇ ਨਾ 20 ਮਿੰਟ ਹੀ ਗਾਣਾ ਬਣਾਤਾ ਅਤੇ ਮੇਰੇ ਲਈ ਅਸੀਂ ਪੋਸਟਰ ਸ਼ੂਟ ਕਰਨਾ ਸੀ ਆਹ ਵਾਲੀਆਂ ਫੋਟੋਆਂ ਕਰਨੀਆਂ ਸੀ ਅਤੇ ਅਸੀਂ ਉਹੀ ਗਾਣਾ ਸੁਣ ਕੇ ਕੀਤਾ ਸੋ ਮੈਨੂੰ ਬਹੁਤ ਵਧੀਆ ਲੱਗਿਆ ਐਂਡ ਮੈਂ ਤਾਂ ਬਹੁਤ ਥੈਂਕਫੁੱਲ ਹਾਂ ਵੀਰੇ ਦਾ ਕਿ ਬਾਈ ਆ ਤੁਹਾਨੂੰ ਪਤਾ ਹੀ ਕਿੱਦਾਂ ਦਾ ਮਾਹੌਲ ਆ ਕਿ ਕੋਈ ਕਿਸੇ ਨਾ ਕਿਸੇ ਖੜਦਾ ਹੁੰਦਾ ਪਰ ਬਾਈ ਖੜਿਆ ਬਾਈ ਲਈ ਬਹੁਤ ਬਹੁਤ ਪਿਆਰ ਆ ਮੇਰਾ ਹਾਂਜੀ ਤੁਸੀਂ ਕੀ ਕਹਿੰਦੇ ਸੀ ਹਾਂਜੀ ਮੈਂ ਉਹਨਾਂ ਨੂੰ ਯਾਰ ਇੱਕ ਵਾਰੀ ਬੰਬੇ ਮਿਲਿਆ ਸੀ ਮੇਰੀ ਫਿਲਮ ਦੁਰਲਭ ਉਹ ਲਿਖਦੇ ਸੀਗੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਕਹਾਣੀ ਚਾਹੀਦੀ ਜਿਹੜੀ ਪੰਜਾਬ ਦੇ ਪਰਿਵਾਰ ਦੀ ਕਹਾਣੀ ਹੋਵੇ ਤਾਂ ਉਹ ਕਹਿੰਦੇ ਮੇਰੇ ਕੋਲ ਪਰਿਵਾਰ ਦੀ ਕਹਾਣੀ ਹੈਗੀ ਆ ਉਹ ਜਦੋਂ ਮੈਂ ਕਹਾਣੀ ਸੁਣੀ ਤਾਂ ਮੈਨੂੰ ਲੱਗਿਆ ਕਿ ਇਹ ਇੱਕ ਰਾਈਟ ਫਿਲਮ ਆ ਜਿਹੜੀ ਪੰਜਾਬ 'ਚ ਅੱਜ ਤੱਕ ਨਹੀਂ ਬਣੀ ਕਿਉਂਕਿ ਮੈਂ ਪੋਸਟਾਂ 'ਚ ਵੀ ਲਿਖਦਾ ਸਟੋਰੀ ਨੈਵਰ ਸੀਨ ਬਿਫੋਰ ਸੋ ਇਹ ਕਹਾਣੀ ਇੱਦਾਂ ਦੀ ਆ ਤੁਸੀਂ ਮੈਂ ਗਰੰਟੀ ਦਿੰਦਾ ਜਦੋਂ ਤੁਹਾਡੀ ਫਿਲਮ ਤੁਸੀਂ ਦੇਖੋਗੇ ਇਹ ਚੀਜ਼ ਅੱਜ ਵਿਗੜ ਗਿਆ ਤੁਸੀਂ ਇੱਦਾਂ ਦਾ ਰਿਲੇਸ਼ਨਸ਼ਿਪ ਆਪਣੇ ਪੁੱਤ ਦਾ ਆਪਣੀ ਮਾਂ ਨਾਲ ਆਪਣੀ ਭੈਣ ਨਾਲ ਆਪਣੀ ਗਰਲਫ੍ਰੈਂਡ ਨਾਲ ਤੁਸੀਂ ਨਹੀਂ ਦੇਖਿਆ ਹੋਣਾ ਸੋ ਇੱਕ ਇੱਦਾਂ ਦਾ ਮੁੱਦਾ ਹੈ ਫਿਲਮ 'ਚ ਜਿਹਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦੀ ਲੋੜ ਆ ਆਪਣੇ ਪੰਜਾਬ 'ਚ ਇਸ ਟਾਈਮ ਜਿਹਦੇ 'ਤੇ ਧਿਆਨ ਦਿੱਤਾ ਜਾਵੇ ਸੋ ਉਹ ਮੁੱਦੇ ਨੂੰ ਅਸੀਂ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਇੰਨਾ ਐਂਟਰਟੇਨਿੰਗ ਵੇ ਸੋ ਉਹਨਾਂ ਨੇ ਜਦੋਂ ਕਹਾਣੀ ਸੁਣਾਈ ਫਿਰ ਉਹ ਤੋਂ ਬਾਅਦ ਅਮਰਜੀਤ ਸਰਾਓ ਭਾਈ ਜਿਹਨਾਂ ਨੇ ਸਕ੍ਰੀਨ ਪਲੇ ਡਾਇਲੋਗਸ ਲਿਖੇ ਫਿਰ ਉਹ ਇਨਵੋਲਵ ਹੋਏ ਫਿਰ ਮਨੀਸ਼ ਸਰ ਮਨੀਸ਼ ਭੱਟ ਸਰ ਉਹਨਾਂ ਨੇ ਡਾਇਰੈਕਟ ਕੀਤਾ ਐਂਡ ਉਹਨਾਂ ਦਾ ਤੁਹਾਨੂੰ ਸ਼ਾਇਦ ਪਤਾ ਅਤੇ ਦੈਨ ਫਿਰ ਪ੍ਰੋਡਿਊਸਰਸ ਫਿਨ ਮੋਸ਼ਨ ਐਂਡ ਜੈਪ ਪ੍ਰੋਡਕਸ਼ਨ ਇਹਨਾਂ ਨੇ ਸਾਡੇ ਕੋਲ ਪ੍ਰੋਡਿਊਸ ਕੀਤੀ ਸੋ ਇਹਨਾਂ ਸਾਰਿਆਂ ਦਾ ਮਿਲ ਜੁਲ ਕੇ ਅਸੀਂ ਸਾਰੀ ਟੀਮ ਨੇ ਇਸ 'ਤੇ ਕੰਮ ਕੀਤਾ ਅਤੇ ਉਹਦਾ ਰਿਜ਼ਲਟ ਜਿਹੜਾ ਉਹਦੇ ਤੋਂ ਮੈਂ ਬਹੁਤ ਖੁਸ਼ ਹਾਂ।